ਦੱਸੋ ਆਪਣਾ ਇੱਕ ਵਾਰ ਦੁਬਾਰਾ ਨਾਮ ਦੱਸੋ, ਕੀ ਨਾਮ ਹੈ ਆਪਣਾ? ਮੇਰਾ ਨਾਮ ਗੁਰਪ੍ਰੀਤ ਰਾਮ ਜੀ। ਗੁਰਪ੍ਰੀਤ ਰਾਮ? ਹਾਂਜੀ ਹਾਂਜੀ ਸਰ। ਗੁਰਪ੍ਰੀਤ ਰਾਮ ਦੱਸੋ ਕੀ ਹੈ ਸਿਚੁਏਸ਼ਨ, ਕਾਹਦੇ ਬਾਰੇ ਗੱਲ ਕਰਨੀ? ਸਰ ਮੈਂ ਮਤਲਬ ਮੇਰੀ ਇੰਟਰਵਿਊ ਆਈ ਸੀ ਲਾਸਟ ਟਾਈਮ, ਸਾਰੇ ਦੇਖੇ। ਕੈਮਰਾ ਨਾ ਹਿਲਾਓ, ਠੀਕ ਹੈ ਸਰ, ਕੈਮਰਾ 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 ਹਿਲਾਓ ਨਾ ਬਸ, ਠੀਕ ਹੈ ਸਰ। ਹਾਂ ਕੀ ਕਰ ਰਹੇ, ਇੰਟਰਵਿਊ ਆਈ ਹੈ? ਆਈ ਸੀ, ਮੇਰੀ ਇੰਟਰਵਿਊ ਕਾਲ ਆਈ ਸੀ ਸਰ, ਇੱਕ ਮਹੀਨਾ ਪਹਿਲਾਂ ਅੱਜ ਤੋਂ। ਓਕੇ, ਤੇ ਮੈਂ ਤੁਹਾਡੀ ਇੰਟਰਵਿਊ ਮਤਲਬ ਦੇਖਦਾ ਰਿਹਾ, ਜਿੱਦਾਂ ਤੁਸੀਂ ਪ੍ਰੈਪਰੇਸ਼ਨ ਕਰਵਾਉਂਦੇ, ਤੁਸੀਂ ਮਤਲਬ ਕੁਐਸਚਨ ਆਨਸਰ ਜਿਹਨਾਂ ਦੀ ਕਲੀਅਰ ਹੋ ਜਾਂਦੀ, ਉਹਨਾਂ ਦੀ ਇੰਟਰਵਿਊ ਮਤਲਬ ਉਹਨਾਂ ਨੂੰ ਇੰਟਰੋਡਿਊਸ ਕਰਦੇ, ਜਦੋਂ ਸਰਦਾਰ ਜੀ ਸੀਗੇ ਜਿਹਨੇ ਵਾਈਟ ਟਰਬਨ ਬੰਨੀ ਸੀ, ਉਸ ਕਾਫੀ ਵੀਡੀਓਜ਼ ਤੁਹਾਡੀਆਂ ਮੈਂ ਸਾਰੀਆਂ ਮੈਕਸੀਮਮ ਵੀਡੀਓ ਦੇਖੀਆਂ। ਗੁੱਡ ਗੁੱਡ, ਤੇ ਸੋ ਤੁਹਾਡਾ ਇੰਟਰਵਿਊ ਕਲੀਅਰ ਹੋ ਗਿਆ, ਕੀ ਕੁਐਸਚਨਸ ਪੁੱਛੇ ਦੱਸੋ ਉਹਦੇ ਬਾਰੇ ਜਰਾ। ਸਰ ਮੈਂ ਮਤਲਬ ਤੁਹਾਡਾ ਤਹਿ ਦਿਲੋਂ ਸ਼ੁਕਰਾਨਾ ਕਰਨਾ ਚਾਹੁੰਦਾ ਕਿ ਤੁਹਾਡੀ ਬਦੌਲਤ ਮੇਰੀ ਇੰਟਰਵਿਊ ਕਲੀਅਰ ਹੋ ਗਈ, ਕਿਉਂਕਿ ਮਤਲਬ ਵਾਹਿਗੁਰੂ ਦੀ ਕਿਰਪਾ ਨਾਲ ਜਿੱਦਾਂ ਮਤਲਬ ਗੌਰ ਤੁਸੀਂ ਮੈਨੂੰ ਮਿਲ ਗਿਆ ਕਿ ਮੈਂ ਤੁਹਾਡੇ ਜਿਹੜੇ ਕੁਐਸਚਨ ਸੀਗੇ ਮੈਂ ਸਾਰੇ ਦੇਖੇ, ਜਿਹੜੇ ਤੁਸੀਂ ਲਾਸਟ ਟਾਈਮ ਮਤਲਬ ਵੀਡੀਓ ਦੇ ਵਿੱਚ ਸ਼ੋਅ ਕੀਤੇ ਸੀ ਕਿ ਆਹ ਵਾਲੇ ਕੁਐਸਚਨ ਰੀਡ ਕਰੋ, ਆਹ ਵਾਲੇ ਪੁੱਛੇ ਜਾਣਗੇ, ਤੁਹਾਨੂੰ ਮੇਰੇ ਮਤਲਬ ਮੈਨੂੰ ਲੋਇਆ ਨੇ ਇੱਕ ਪੇਜ ਦਿੱਤੇ ਸੀਗੇ ਜਿਹੜੇ ਮੈਂ ਕੀਤਾ ਸੀਗਾ। ਠੀਕ ਹੈ ਠੀਕ ਹੈ, ਉਹ ਕਹਿੰਦਾ ਬਸ ਆਹ ਕੱਲਾ ਕੋਈ ਨੋਰਮਲ ਹੀ ਕੁਐਸਚਨ ਹੈ, ਪਰ ਜਿਹੜੇ ਤੁਸੀਂ ਮੈਨੂੰ ਦੱਸੇ ਕਿ ਹਾਂ ਫੋਟੋਸ ਵਗੈਰਾ ਚੈਟ ਹਿਸਟਰੀ ਸਾਰਾ ਲੈ ਕੇ ਜਾਣਾ। ਜਦੋਂ ਉੱਥੇ ਮੈਂ ਗਿਆ, ਮੇਰੀ 13 ਤਰੀਕ ਦੀ ਇੰਟਰਵਿਊ ਸੀ, ਤੇ ਉੱਥੇ ਜਦੋਂ ਮੈਂ ਗਿਆ ਉੱਥੇ ਕਾਫੀ ਸਾਰੇ ਮੈਕਸੀਮਮ ਲੋਕ ਸੀਗੇ, ਤੇ ਮੈਂ ਜਦੋਂ ਗਿਆ ਐਂਟਰ ਕੀਤਾ ਤਾਂ ਮੈਨੂੰ ਉਹਨੇ, ਮੇਰਾ ਇੰਟਰਪ੍ਰੇਟਰ ਮੈਂ ਕੀਤਾ ਹੋਇਆ ਸੀ ਇੰਟਰਪ੍ਰੇਟ, ਉਹਨੇ ਪਹਿਲਾਂ ਮੇਰੇ ਨਾਲ ਡਿਸਕਸ ਹੈਲੋ ਹਾਈ ਕੀਤੀ, ਮੈਂ ਕਿਹਾ ਠੀਕ ਹੈ, ਤੇ ਉਹਨੇ ਮੇਰੇ ਇੰਟਰਪ੍ਰੇਟ ਔਨ ਦੀ ਸਪੋਰਟ ਬਾਹਰ ਕੱਢਤਾ ਜੀ। ਅੱਛਾ ਅੱਛਾ, ਕਹਿੰਦਾ ਯੂ ਫੋਲੋ ਮਾਈ ਕੁਐਸਚਨ ਆਰ ਯੂ ਰੈਡੀ, ਮੈਂ ਕਿਹਾ ਯੈਸ, ਕਹਿੰਦਾ ਕਿ ਤੂੰ ਮੇਰੀ ਗੱਲ ਸਮਝ ਰਿਹਾ, ਕਹਿੰਦਾ ਕਿ ਇਹਨੂੰ ਇੰਟਰਪ੍ਰੇਟ ਨੂੰ ਬਾਹਰ ਭੇਜ ਦੇ, ਮੈਂ ਕਿਹਾ ਠੀਕ ਹੈ ਓਕੇ। ਤੇ ਉਹਨੇ ਫਿਰ ਮੈਨੂੰ ਕੁਐਸਚਨ ਸਟਾਰਟ ਕੀਤੇ, ਉਹਨੇ ਮੈਨੂੰ ਪੁੱਛਿਆ ਮੇਰੇ ਵਾਈਫ ਦੇ ਬਾਰੇ, ਇੱਕ ਦੋ ਕੁਐਸਚਨ ਪੁੱਛੇ ਸਿਰਫ, ਕਿੱਥੇ ਰਹਿੰਦੇ ਆ ਤੇ ਕਿੱਥੇ ਸਟੱਡੀ ਕਰਦੇ। ਉਸ ਤੋਂ ਬਾਅਦ ਮੇਰੇ ਸਿਸਟਰ ਨੇ ਲਾ ਉੱਥੇ ਕੈਨੇਡਾ ਚ ਰਹਿ, ਫਿਰ ਉਹਦੇ ਦੁਆਲੇ ਹੋ ਗਿਆ, ਉਹਦੇ ਦੁਆਲੇ ਇੰਨੇ ਕੁਐਸਚਨਿੰਗ ਕੀਤੀ ਸਰ, 48 ਮਿੰਟ ਮੇਰੇ ਇੰਟਰਵਿਊ ਹੋਏ, ਮੈਂ ਟਾਈਮ ਨੋਟ ਕੀਤਾ ਸਰ। ਸਿਸਟਰ ਇਨ ਲਾ ਮਤਲਬ ਕਿ ਸਾਲੀ ਜਾਂ ਕੌਣ? ਸਿਸਟਰ ਇਨ ਲਾ ਕੌਣ? ਸਾਲੀ। ਅੱਛਾ, ਉਹਦੇ ਬਾਰੇ ਕੀ ਸਵਾਲ ਪੁੱਛ ਰਹੇ ਸੀ? ਕਿ ਉਹ ਕਿੱਥੇ ਰਹਿ ਰਹੇ, ਉਹ ਇਕੱਠੇ ਰੂਮ ਚ ਰਹਿ ਰਹੇ, ਉਹਨਾਂ ਦਾ ਇਕੱਠੇ ਰੂਮ ਰੈਂਟ ਪੇ ਕਰ ਰਹੇ ਕਿ ਮਤਲਬ ਉਹ ਕਿੰਨਾ ਪੇ ਕਰ ਰਹੇ, ਅਲੱਗ ਅਲੱਗ ਪੇ ਕਰ ਰਹੇ, ਇਕੱਠੀਆਂ ਯੂਨੀਵਰਸਿਟੀ ਚ ਕਰਦੇ, ਕੁਕਿੰਗ ਕੌਣ ਕਰਦਾ? That's right. ਪੂਰੀ ਲਾਈਫ ਦੇ ਬਾਰੇ ਪਤਾ ਕਰਨਾ ਕਿ ਵੀ ਹਸਬੰਡ ਨੂੰ ਕੀ ਕੀ ਨੋਲੇਜ ਹੈ ਆਪਣੇ ਉਹਨਾਂ ਦੇ ਪਰਿਵਾਰ ਮੈਂਬਰ ਦੇ ਬਾਰੇ, ਬ੍ਰਦਰ ਇਨ ਲਾ ਬਾਰੇ, ਉਹ ਇੰਡੀਆ ਚ ਰਹਿ ਰਹੇ, ਉਹ ਕੀ ਕੰਮ ਕਰ ਰਹੇ, ਮਤਲਬ ਮੇਰੇ ਵਾਈਫ ਬਾਰੇ ਸਰ, ਉਹਨੇ 2 ਤੋਂ 3 ਕੁਐਸਚਨ ਪੁੱਟ ਕੀਤੇ, ਉਹ ਕਿੱਥੇ ਜੌਬ ਕਰਦੇ ਆ? ਥੋੜਾ ਜਿਹਾ ਪਹਿਲਾਂ ਇੱਕ ਸੱਚਾਈ ਦੇਖਣਾ ਚਾਹੁੰਦੇ ਆ ਕਿ ਵੀ ਐਪਲੀਕੈਂਟ ਦੇ ਵਿੱਚ ਕਿੰਨੀ ਕੁ ਇਨਫੋਰਮੇਸ਼ਨ ਹੈ, ਸੱਚ ਬੋਲ ਰਿਹਾ ਕਿ ਨਹੀਂ ਬੋਲ ਰਿਹਾ, ਇਹਦੀ ਨੌਲੇਜ ਕੁਛ ਹੈ ਉੱਧਰ ਦੀ ਕਿ ਨਹੀਂ ਹੈ, ਇਹ ਜ਼ਰੂਰ ਦੇਖਣਾ ਚਾਹੁੰਦੇ ਪਰ। ਤੇ ਮੇਰੇ ਸਿਸਟਰ ਇਨ ਲਾ ਦੋ ਹੋ ਗਏ, ਤੇ ਉਹ ਤੋਂ ਫਾਦਰ ਇਨ ਲਾ ਕੀ ਕਰਦੇ ਆ? ਮੈਂ ਕਿਹਾ ਜੋ ਮਤਲਬ ਦੁਬਈ ਦੇ ਵਿੱਚ ਟਰੱਕ ਡਰਾਈਵਰ, ਕਿਹੜੀ ਕੰਪਨੀ ਚ ਜੋਬ ਕਰਦੇ, ਕਿੰਨੀ ਸੈਲਰੀ ਉਹਨਾਂ ਦੀ, ਉਹਨਾਂ ਤੁਹਾਨੂੰ ਫੋਨ ਨੰਬਰ ਯਾਦ ਹੈ? ਇਦਾਂ ਦੇ ਸਰ ਕੁਐਸਚਨ ਮੇਰੇ ਕੋਲ ਪੁੱਛਿਓ ਨਹੀਂ, ਮੈਂ ਤੁਹਾਡੀ ਇੰਟਰਵਿਊ ਦੇਖੀਆਂ ਹੋਈਆਂ ਸੀਗੀਆਂ ਜੋ ਤੁਸੀਂ ਕੁਐਸਚਨਿੰਗ ਵਗੈਰਾ ਕੀਤੀ, ਤੁਹਾਨੂੰ ਪਤਾ ਹੋਣਾ। ਫਿਰ ਉਹਨੇ ਮੈਨੂੰ ਪੁੱਛਿਆ ਕਿ ਤੁਹਾਡਾ ਪੈਲੇਸ ਕਿੰਨੀ ਦੂਰ ਹੈ ਘਰ ਤੋਂ? ਇਹ ਵੀ ਤੁਸੀਂ ਲਾਸਟ ਟਾਈਮ ਵੀਡੀਓ ਦੇ ਵਿੱਚ ਤੁਸੀਂ ਕਿਹਾ ਸੀ ਕਿ ਤੁਹਾਡਾ ਤੁਹਾਨੂੰ ਪੂਰਾ ਪਤਾ ਹੋਣਾ ਚਾਹੀਦਾ, ਕਿੰਨੀ ਤਰੀਕ ਨੂੰ ਮੈਰਿਜ? ਫਰੈਸ਼ ਮੈਰਿਜ ਹੈ ਸਰ ਮੇਰੀ, 3 ਮਹੀਨੇ ਪਹਿਲਾਂ ਮੈਰਿਜ ਹੋਈ ਹੈ। ਦੈਟਸ ਰਾਈਟ, ਮੈਂ ਤੁਹਾਡੀਆਂ ਸਾਰੀਆਂ ਵੀਡੀਓ ਮਤਲਬ 4-5 ਦਿਨ ਚ ਸਾਰੀਆਂ ਕਲੀਅਰ ਕੀਤੀਆਂ, ਮੈਂ ਕੁਛ ਨੀ, ਉਹਨੇ ਮੈਨੂੰ ਕੁਐਸਚਨ ਲਿਸਟ ਦਿੱਤੀ ਸੀਗੀ, ਮੈਂ ਕੋਈ ਨੀ ਰੀਡ ਕੀਤੀ, ਸਿਰਫ ਤੁਹਾਡੀਆਂ ਵੀਡੀਓ ਦੇਖੀਆਂ ਮੈਂ, ਹੋਰ ਕੁਛ ਨੀ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਕਿਆ ਸੰਜੋਗ ਹੈ, ਦੇਖੋ ਕਿਆ ਕਿਆ ਸੰਜੋਗ ਹੈ, ਵੀਡੀਓ ਦੇਖ ਕੇ ਕਲੀਅਰ ਹੋ ਰਹੇ ਹੈ। ਉਹਨੇ ਮੈਨੂੰ ਵਾਈਫ ਦੇ ਬਾਰੇ ਤੇ 1-2 ਕੁਐਸਚਨ, ਉਸ ਤੋਂ ਬਾਅਦ ਮੇਰੇ ਸਾਲੀ ਦਾ ਬਾਰੇ ਪੁੱਛਿਆ, ਫਿਰ ਉਹਨੇ ਮੈਨੂੰ ਪੁੱਛਿਆ ਤੇਰੇ ਕੋਲ ਐਲਬਮ ਹੈ ਬੋਥ ਸਾਈਡ ਸਰ? ਠੀਕ ਹੈ, ਮੈਂ ਬੋਥ ਸਾਈਡ ਦੀ ਐਲਬਮ ਲੈ ਕੇ ਗਿਆ ਸੀ। ਠੀਕ ਹੈ, ਤੇ ਉਹਨੇ ਮੈਨੂੰ ਪੁੱਛਿਆ ਕਿ ਤੁਸੀਂ ਪ੍ਰੀ ਵੈਡਿੰਗ ਸ਼ੂਟ ਕਰਵਾਇਆ ਸੀ, ਉਹਦੇ ਵਿੱਚ ਫੋਟੋ ਜਿਸ ਟਾਈਮ ਫਾਈਲ ਆਈ ਸੀ, ਮੈਂ ਫੋਟੋ ਲੱਗੀ ਹੋਈ ਸੀਗੀ ਉਹਦੇ ਪ੍ਰੀ ਵੈਡਿੰਗ ਦੇ, ਕਹਿੰਦਾ ਕੀ ਕਿਹੜਾ ਗਾਣਾ ਸ਼ੂਟ ਕੀਤਾ? ਮੈਂ ਕਿਹਾ ਇਹ ਗਾਣਾ ਸ਼ੂਟ ਕੀਤਾ, ਇਹ ਕਿਹਦਾ ਆ, ਇਹ ਗਾਇਕ ਕੌਣ ਹੈ? ਅੱਛਾ, ਡਾਕੂਮੈਂਟ ਸਾਰੇ ਮਤਲਬ ਵਾਪਸ ਕਰਤੇ, ਮੈਨੂੰ ਸਾਰੇ ਡਾਕੂਮੈਂਟ ਮੈਕਸੀਮਮ ਡਾਕੂਮੈਂਟ ਮੈਨੂੰ ਵਾਪਸ ਕਰ ਦਿੱਤੇ, ਤੇ ਮੈਨੂੰ ਡਰ ਪੈ ਗਿਆ, ਮੈਂ ਕਿਹਾ ਲਓ ਜੀ ਹੁਣ ਕੰਮ ਖਰਾਬ ਹੋ ਗਿਆ। ਤੇ ਮੈਨੂੰ ਮੈਂ ਪਾਸਪੋਰਟ ਉੱਪਰ ਪਿਆ ਸੀ, ਉਹਨੇ ਲਾਸਟ ਟਾਈਮ ਮੈਨੂੰ ਕਹਿੰਦਾ ਕਿ ਮੈਂ ਔਨ ਦੀ ਸਪੋਰਟ ਤੁਹਾਨੂੰ ਜਵਾਬ ਨਹੀਂ ਦੇ ਸਕਦਾ ਰਿਪਲਾਈ, ਮੈਂ ਤੁਹਾਨੂੰ ਮੇਲ ਤੇ ਡ੍ਰੌਪ ਕਰੂੰਗਾ, ਕਹਿੰਦਾ ਓਕੇ ਬਾਏ, ਕਹਿੰਦਾ ਡ੍ਰੌਪ ਇਟ ਯੂਅਰ ਪਾਸਪੋਰਟ। ਅੱਛਾ 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 ਅੱਛਾ,
ਹਿੰਟ ਦਿੱਤਾ ਉਹਨੇ ਸਰ ਮੈਨੂੰ ਕਿ ਡ੍ਰੌਪ ਇਟ ਯੂਅਰ ਪਾਸਵਰਡ ਕਿ ਆਪਣਾ ਪਾਸਵਰਡ ਧਿਆਨ ਨਾਲ ਲੈ ਕੇ ਜਾਈ। ਪਰ ਫਿਰ ਵੀ ਮੇਰੇ ਮਨ ਚ ਡਾਊਟ ਸੀਗਾ, ਮੈਂ ਘਰੇ ਆਇਆ, ਮੈਂ ਆਪਣੇ ਫਾਦਰ ਮਦਰ ਨੂੰ ਮੈਂ ਕਿਹਾ ਮੇਰੇ ਡਾਕੂਮੈਂਟ ਵਾਪਸ ਕਰਤੇ, ਮੈਂ ਆਪਣੇ ਲਾਇਰ ਨੂੰ ਉਸੇ ਟਾਈਮ ਫੋਨ ਕੀਤਾ, ਮੈਂ ਕਿਹਾ ਤੂੰ ਇੱਦਾਂ ਯੇ ਵੋ ਵੇਰੀਫਾਈ ਰਿਪ੍ਰੈਜੈਂਟ ਗਲਤ ਕੀਤੀ ਯੇ ਵੋ, ਕਿ ਮੈਨੂੰ ਡਾਕੂਮੈਂਟ ਵਾਪਸ ਕਿਉਂ ਕੀਤੇ। ਉਹ ਕਹਿੰਦਾ ਟੈਨਸ਼ਨ ਨਾ ਲੈ, ਕਿਉਂ ਤੈਨੂੰ ਟਾਈਮ ਦਿੱਤਾ। ਉਹਨੇ ਮੈਨੂੰ ਲਾਸਟ ਕੁਐਸਚਨ ਇਹ ਕੀਤਾ, ਕਹਿੰਦਾ ਤੈਨੂੰ ਲਾਸਟ ਤੇ ਮੈਸੇਜ ਕੋਈ ਦਿੱਤਾ ਜਾਂ ਨਹੀਂ ਦਿੱਤਾ। ਮੈਂ ਕਿਹਾ ਇਹੀ ਕੁਐਸਚਨ। ਕਹਿੰਦਾ ਵੇਟ ਕਰ ਲਾ ਸਰ। ਜਿਸ ਦਿਨ ਮਤਲਬ ਮੇਰੀ ਬੁੱਧਵਾਰ ਇੰਟਰਵਿਊ ਸੀਗੀ, ਸੈਟਰਡੇ ਮਾਰਨਿੰਗ ਮੈਨੂੰ 8 ਵਜੇ ਕਾਲ ਆ ਗਈ ਕਿ ਤੁਹਾਡਾ ਮਤਲਬ ਮੈਡੀਕਲ ਆ ਗਿਆ। ਉਸ ਟਾਈਮ ਮੈਂ ਤੁਹਾਨੂੰ ਮੇਲ ਵੀ ਡ੍ਰੌਪ ਕੀਤੀ ਸੀ ਤੁਹਾਡੀ ਈਮੇਲ ਆਈਡੀ ਤੇ, ਸਰ ਥੈਂਕ ਯੂ ਫੁਲ, ਮੈਂ ਤੁਹਾਡੀ ਵੀਡੀਓ ਦੇਖੀ ਆਪਣੀ ਈਮੇਲ। ਆਈ ਰਿਮੈਂਬਰ ਈਮੇਲ ਤੁਹਾਡੀ, ਆਈ ਸੀ ਈਮੇਲ, ਆਈ ਸੌ ਦੈਟ, ਯੈਸ। ਤੇ ਸਰ ਉਸ ਤੋਂ ਬਾਅਦ ਮੈਂ ਹੁਣ ਜਿੱਦਾਂ ਆਪਣਾ ਕਨਫਰਮ ਕਰਨਾ ਸੀਗਾ ਕਿ ਮੇਰੇ ਮਗਰ ਜਿੱਦਾਂ ਮੁੰਡਾ ਸੀਗਾ ਕੋਈ ਹੋਰ ਵੀ, ਉਹਨੇ ਸੇਮ ਲੋਇਰ ਤੋਂ ਕੀਤਾ ਸੀ ਕਿ ਸਰ ਉਹਦੇ ਰਿਪ੍ਰੈਜ਼ੈਂਟ ਉਹਨੇ ਫਾਈਲ ਗਲਤ ਕੀਤੀ ਹੋਈ ਸੀਗੀ। ਉਹਦਾ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਮਤਲਬ ਲੋਕੀ ਜਿਹੜੇ ਸੁਚੇਤ ਹੋ ਜਾਣ। ਥੈਂਕ ਯੂ ਵੈਰੀ ਮੱਚ, ਥੈਂਕ ਯੂ ਵੈਰੀ ਮੱਚ। ਜਿਹੜਾ ਤੁਸੀਂ ਮੈਸੇਜ ਲੋਕਾਂ ਨੂੰ ਦੇਣਾ ਚਾਹੁੰਦੇ ਹੋ ਕਿ ਵੀ ਲੋਕੀ ਥੋੜ੍ਹੇ ਆਪਣੇ ਹੀ ਐਪਲੀਕੇਸ਼ਨ, ਆਪਣੀ ਇਨਫੋਰਮੇਸ਼ਨ ਦੇ ਪ੍ਰਤੀ ਸਜਗ ਨਹੀਂ ਹੈ, ਉਹਨਾਂ ਨੂੰ ਪਤਾ ਨਹੀਂ ਕਿ ਵੀ ਕਿਹੜੀ ਐਪਲੀਕੇਸ਼ਨ ਵਿੱਚ ਇਨਫੋਰਮੇਸ਼ਨ ਕਿੱਦਾਂ ਰਿਪ੍ਰੈਜੈਂਟ ਹੋ ਰਹੀ ਹੈ, ਸਬਮਿਸ਼ਨ ਪ੍ਰੋਪਰ ਹੈ ਕਿ ਨਹੀਂ ਹੈ। ਕਈ ਵਾਰ ਕੰਸਲਟੈਂਟ ਵੀ ਗਲਤੀ ਕਰ ਰਹੇ ਹੈ, ਅਸੀਂ ਕੰਸਲਟੈਂਟ ਨੂੰ ਟਰੱਸਟ ਕਰਕੇ ਇਨਫੋਰਮੇਸ਼ਨ ਆਪ ਚੈੱਕ ਨਹੀਂ ਕਰਦੇ ਅਤੇ ਗਲਤੀ ਖਾ ਦਿੰਦੇ ਹਾਂ। ਸਰ ਉਹਦੇ ਵਿੱਚ ਇੱਦਾਂ ਸੀ ਕਿ ਜਿੱਦਾਂ ਮਤਲਬ ਕਿ ਉਹ ਜਿਹੜਾ ਲੜਕਾ ਸੀਗਾ ਜਿਹਨੇ ਆਪਣੀ ਕੀਤੀ ਸੀਗੀ ਫਾਈਲ ਰਿਪ੍ਰੈਜੈਂਟ ਕੀਤੀ ਸੀ, ਉਹਨੇ ਉਹ ਪਹਿਲਾਂ ਤਾਂ ਉਹ ਬਾਅਦ ਵਿੱਚ ਉਹਦੇ ਨਾ ਮੇਰਾ ਫਰੈਂਡ ਹੀ ਬਣ ਗਿਆ ਜਦੋਂ ਅਸੀਂ ਇਕੱਠੇ ਆਏ ਉਹਨੂੰ ਲੈ ਕੇ ਆਇਆ ਮੈਂ, ਕਿਉਂਕਿ ਉਹ ਵੀਪਿੰਗ ਕਰਨ ਲੱਗ ਪਿਆ ਸੀ ਕਿ ਉਹਦੇ 'ਤੇ A40 ਸੈਕਸ਼ਨ ਲਾ ਦਿੱਤਾ ਉਹਨਾਂ ਨੇ, ਉਹਨੂੰ ਦੱਸ ਕੇ ਅੰਦਰੋਂ ਬਾਹਰ ਕੱਢਿਆ ਕਿ ਅਸੀਂ ਤੁਹਾਨੂੰ 5 ਸਾਲ ਲਈ ਬੈਨ ਕਰ ਰਹੇ ਹਾਂ, A40 ਸੈਕਸ਼ਨ ਹੁੰਦਾ ਜਿਹੜਾ ਰਿਫਿਊਜ਼ਲ ਦਾ ਕੋਈ ਤੁਹਾਨੂੰ, ਤੇ ਉਹਨਾਂ ਨੇ ਦੱਸ ਕੇ ਤੋਰੇ। ਸਰ ਉਹਨੇ ਜਦੋਂ ਫਾਈਲ ਰੀਪ੍ਰੈਜੈਂਟ ਕੀਤੀ ਸੀਗੀ, ਪਹਿਲਾਂ ਤਾਂ ਉਹ ਇਟਲੀ ਤੋਂ ਰਿਫਿਊਜ਼ ਸੀਗਾ, ਇੰਗਲੈਂਡ ਤੋਂ ਡਿਪੋਰਟ ਸੀਗਾ, ਇੰਗਲੈਂਡ ਤੋਂ ਡਿਪੋਰਟ ਸੀਗਾ ਤੇ ਇਟਲੀ ਤੋਂ ਰਿਫਿਊਜ਼ ਸੀ, ਔਰ ਉਹਨੇ ਆਸਟ੍ਰੇਲੀਆ ਦਾ ਕੀਤਾ ਸੀ, ਉਹਦੇ ਮਾਸੀ ਰਹਿੰਦੀ ਸੀ, ਉੱਤੋਂ ਵੀ ਰਿਫਿਊਜ਼ ਸੀਗਾ। ਉਹਨੇ ਕੀ ਕੀਤਾ, ਆਪਣਾ ਪਾਸਪੋਰਟ ਨਵਾਂ ਬਣਾ ਲਿਆ ਸਰ। ਓਹੋ, ਅੱਛਾ, ਇਹ ਲੁਕੋਣ ਦੀ ਗੱਲ ਕੋਸ਼ਿਸ਼ ਕੀਤੀ ਕਿ ਵੀ ਸਾਰਾ ਕਿਸੇ ਨੂੰ ਪਤਾ ਨਾ ਲੱਗੇ ਪੁਰਾਣੀ ਪੁਰਾਣੀ ਗੱਲਾਂ ਦਾ। ਹਾਂਜੀ, ਤੇ ਉਹਨਾਂ ਨੇ ਜਦੋਂ ਨਵਾਂ ਬਣਾ ਲਿਆ ਤੇ ਉਹਦੀ ਮੈਰਿਜ ਹੋਈ ਨੂੰ ਵੀ 1 ਸਾਲ ਹੋ ਗਿਆ ਸੀਗਾ, ਤੇ ਉਹਨੇ ਚਲੋ ਕੇਸ ਅਪਲਾਈ ਕੀਤਾ ਆਪਣੀ ਫਾਈਲ ਦੇ ਵਿੱਚ, ਉਹਨੇ ਹਿਡਨ ਕਰ ਦਿੱਤਾ, ਕਹਿੰਦਾ ਮੇਰਾ ਪਾਸਪੋਰਟ ਫਰੈਸ਼ ਆ, ਵਾਈਫ ਦਾ ਨਾਮ ਅਪਡੇਟ ਵਗੈਰਾ ਕੀਤਾ, ਮੈਰਿਜ ਸਟੇਟਸ। ਤੇ ਜਦੋਂ ਉਹਨੂੰ ਇੰਟਰ ਕੀਤਾ, ਉਹਨੇ ਹੈਲੋ ਹਾਈ ਕੀਤੀ, ਇੰਟਰਵਿਊਅਰ ਜਿਹੜਾ ਆਇਆ ਸੀਗਾ ਉੱਥੇ ਮੋਰੇ ਪੰਜਾਬੀ ਸੀ ਸਰ। ਹਾਂਜੀ, ਇੱਕ ਦਿਨ ਮਤਲਬ ਜੋ ਸਾਡੀਆਂ, ਅਸੀਂ 15 ਲੋਕ ਸੀਗੇ, ਅਸੀਂ ਸਾਰਿਆਂ ਨੂੰ, ਮੈਂ ਸਾਰਿਆਂ ਨੂੰ ਮਿਲ ਕੇ ਫਿਰ ਆਇਆ। ਅੱਛਾ ਅੱਛਾ ਅੱਛਾ, ਮੇਰੀ 10 ਵਜੇ ਟਰਨ ਆਈ, ਮਤਲਬ 11 ਵਜੇ ਤੱਕ ਅਸੀਂ, ਮੈਂ ਬਾਹਰ ਆ ਗਿਆ ਸੀਗਾ, 8 ਵਜੇ ਐਂਟਰੀ ਸੀਗੀ ਮੇਰੀ। That's good. ਇਹ ਤੁਹਾਡੇ ਰਾਹੀਂ ਮੈਂ ਲੋਕਾਂ ਨੂੰ ਹੋਰ ਮੈਂ ਦੱਸਦਿਆਂ, ਜਿਹੜੇ ਲੋਕ ਇਸ ਚੀਜ਼ ਨੂੰ ਦੇਖ ਰਹੇ ਹੈ ਕਿ ਕੈਨੇਡੀਅਨ ਗਵਰਨਮੈਂਟ ਨੂੰ, ਕੈਨੇਡੀਅਨ ਹਾਈ ਕਮਿਸ਼ਨ ਨੂੰ ਤੁਹਾਡੇ ਬਾਰੇ, ਤੁਹਾਡੇ ਪਾਸਪੋਰਟ ਦੇ ਥਰੂ, ਭਾਵੇਂ ਨਵਾਂ ਪਾਸਪੋਰਟ ਹੈ, ਪੁਰਾਣਾ ਪਾਸਪੋਰਟ ਹੈ, ਅਗਰ ਡੇਟ ਆਫ ਬਰਥ ਹੈ ਸੇਮ ਹੈ ਆਫਕੋਰਸ ਐਂਡ ਦਾ ਨੇਮ, ਉਸ ਨਾਮ ਤੋਂ ਤੁਹਾਡੇ ਜਿਹੜੇ ਅਮੈਰੀਕਾ ਦੀ ਫਾਈਲ, ਸਰ ਇੱਕ ਇੰਗਲੈਂਡ ਦੀ ਫਾਈਲ, ਆਸਟ੍ਰੇਲੀਆ ਦੀ ਫਾਈਲ, ਨਿਊਜ਼ੀਲੈਂਡ ਦੀ ਫਾਈਲ, ਇਹ ਚਾਰੋਂ ਕੰਟਰੀ ਦੀ ਫਾਈਲ ਦਾ ਇੰਸਟੈਂਟਲੀ ਪਤਾ ਲੱਗ ਜਾਏਗਾ, ਕਿਉਂਕਿ ਤੁਸੀਂ ਜ਼ਿੰਦਗੀ ਦੇ ਵਿੱਚ ਕਦੋਂ ਵੀ ਅਪਲਾਈ ਕੀਤਾ ਤੁਹਾਨੂੰ ਉਹਦਾ ਸਾਰਾ ਪਤਾ ਲੱਗ, ਤੁਸੀਂ ਭੱਜ ਨਹੀਂ ਸਕਦੇ, ਤੁਸੀਂ ਇਹ ਨਹੀਂ ਕਹਿ ਸਕਦੇ ਮੈਂ ਨਹੀਂ ਅਪਲਾਈ ਕੀਤਾ, ਦੇ ਵਿਲ ਕਮ ਟੂ ਨੋ ਇਮੀਡੀਏਟਲੀ। ਸਰ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਇਸੇ ਗੱਲ ਦਾ, ਮੈਂ ਤੁਹਾਨੂੰ ਦੱਸਣਾ, ਜਦੋਂ ਉਹਨੇ ਕੀਤਾ ਹੈਲੋ ਆਈ ਕੀਤੀ, ਉਹਨੇ ਉਹਨੂੰ ਪੁੱਛਿਆ ਕਿ, ਉਹਨੇ ਮੈਨੂੰ ਵੀ ਪੁੱਛਿਆ ਸੀ, ਕਹਿੰਦਾ ਤੇਰਾ ਪੁਰਾਣਾ ਪਾਸਪੋਰਟ, ਮੈਂ ਕਿਹਾ ਘਰੇ ਆ, ਕਹਿੰਦਾ ਟਰੈਵਲ ਕੀਤਾ, ਮੈਂ ਕਿਹਾ ਨਹੀਂ, ਉਹਨੇ ਮੇਰੇ ਪਾਸਪੋਰਟ ਦੇ ਪਿੱਛੇ ਪੁਰਾਣਾ ਪਾਸਪੋਰਟ ਦਾ ਨੰਬਰ ਸੀ, ਉਹਨੇ ਟਰੈਕ ਕੀਤਾ। ਮੈਂ ਸੱਚ ਸੀਗਾ, ਮੈਂ ਸੱਚ ਬੋਲਿਆ ਨਹੀਂ ਸੀ, ਤੇ ਉਹਨੇ ਜਦੋਂ ਉਹਦੇ ਨਾਲ ਮਤਲਬ ਉਹਨੂੰ ਪੁੱਛਿਆ ਕਿ ਹਾਂ ਤੂੰ ਟਰੈਵਲ ਕੀਤਾ, ਉਹ ਕਹਿੰਦਾ ਨਹੀਂ ਸਰ, ਕਿ ਮੈਂ ਫਰੈਸ਼, ਉਸ ਟਾਈਮ ਉਦੋਂ ਉਹਨੇ ਕਿਹਾ ਕਿ ਮੈਂ ਫਰੈਸ਼ ਹਾਂ, ਮੇਰਾ ਪਾਸਪੋਰਟ, ਮੈਂ ਕੋਈ ਵੀ ਟਰੈਵਲ ਨਹੀਂ ਕੀਤਾ, ਮੇਰੀ ਨੋ ਟਰੈਵਲ ਹਿਸਟਰੀ। ਉਹਨੇ ਪੁਰਾਣਾ ਪਾਸਪੋਰਟ ਦਾ ਨੰਬਰ ਟਰੈਕ, ਕਹਿੰਦਾ ਪੁਰਾਣਾ ਪਾਸਪੋਰਟ, ਕਹਿੰਦਾ ਮੇਰਾ ਲੋਸਟ ਹੋ ਗਿਆ ਸੀ। ਹਾਈ ਕਮਿਸ਼ਨ ਜਿਹੜਾ ਇੰਟਰਵਿਊ ਸੀ, ਉਹਦੇ ਦਿਮਾਗ 'ਚ ਕੋਈ ਡਾਊਟ ਆਇਆ, ਉਹਨੇ ਉਹਦਾ ਕਹਿੰਦਾ ਗੁਆਚ ਗਿਆ ਸੀ, ਤੇ ਉਹਨੇ ਦੇਖਿਆ, ਉਹਨੇ ਉਸੇ ਟਾਈਮ ਗਰਮ ਹੋ ਕੇ ਉਹਨੂੰ ਬਹੁਤ ਕਹਿੰਦਾ ਕਿ ਮੇਰੇ ਨਾਲ ਮਿਸਬਿਹੇਵ ਕੀਤਾ, ਕਹਿੰਦਾ ਗੈਟ ਆਊਟ, ਇਹਨੂੰ ਕਿ ਅੰਬੈਸੀ ਦੇ 5 ਕਿਲੋਮੀਟਰ ਦੇ ਦਾਇਰੇ ਦੇ ਵਿੱਚ ਨਹੀਂ ਦੱਸਣਾ ਚਾਹੀਦਾ, ਕਹਿੰਦਾ ਤੇਰੇ ਵਰਗੇ ਬੰਦੇ ਨੂੰ, ਕਹਿੰਦਾ ਅਸੀਂ, ਕਹਿੰਦਾ ਮੈਂ ਤੈਨੂੰ ਦੱਸ ਕੇ ਤੋੜਦਾ ਕਿ 5 ਸਾਲ ਲਈ ਤੈਨੂੰ ਮੈਂ ਬੈਨ ਕਰ ਰਿਹਾ। ਕਹਿੰਦਾ ਤੂੰ ਸਾਨੂੰ ਪਾਗਲ ਬਣਾਉਂਦਾ, ਕਹਿੰਦਾ ਸਾਰਾ ਰਿਕਾਰਡ ਮੈਂ ਤੈਨੂੰ ਕੱਢ ਕੇ, ਕਹਿੰਦਾ ਮੈਂ ਸਰ ਮੇਰਾ ਪਾਸਪੋਰਟ ਗੁਆਚ ਗਿਆ ਸੀ, ਮੈਂ ਇਹ ਦੇਖੋ ਮੇਰੇ ਕੋਲ ਉਹ ਆਪਣੀ ਜਿਹੜੀ ਉੱਥੋਂ ਸੇਵਾ ਕੇਂਦਰ ਤੋਂ ਆਪਣੇ ਕਟਾਉਂਦੇ ਆ ਅਰਸੀਜ ਜੀ FIR, ਉਹ ਵੀ ਲੈ ਕੇ ਗਿਆ, ਮੇਰੇ FIR ਹੈ ਇਹ ਉਹ, ਕਹਿੰਦਾ ਨਹੀਂ, ਕਹਿੰਦਾ ਤੂੰ ਸਾਨੂੰ ਪਾਗਲ ਬਣਾਉਂਦਾ, ਕਹਿੰਦਾ ਸਾਰੀ ਹਿਸਟਰੀ। ਉਹ ਬਾਅਦ ਵਿੱਚ ਕਹਿੰਦਾ ਕਿ ਮੈਂ ਆਪਣੇ ਰਿਪ੍ਰੈਜ਼ੈਂਟ ਨੂੰ ਦੱਸਿਆ ਸੀ, ਕਹਿੰਦਾ ਸਾਈਨ ਨਹੀਂ ਕੀਤੇ ਤੈਂ, ਫਾਈਲ ਪੜ੍ਹੀ ਨਹੀਂ ਤੈਂ, ਕਹਿੰਦਾ ਸਾਈਨ ਤਾਂ ਤੇਰੇ ਆ,
ਕਹਿੰਦਾ ਫਾਈਲ ਜਦੋਂ ਤੂੰ ਪੁੱਟ ਕੀਤੀ VFS ਉੱਥੇ ਸਾਈਨ ਹੋਏ ਤੇਰੇ, ਤੂੰ ਫਾਈਲ ਨੂੰ ਪੜ੍ਹ ਕੇ ਨਹੀਂ ਦਿੱਤੀ, ਸਬਮਿਟ ਫਾਈਲ ਪੜ੍ਹ ਕੇ ਨਹੀਂ ਕੀਤੀ, ਤੂੰ ਕਹਿੰਦਾ ਮੇਰੇ ਲੇਕਿਨ ਰਿਪ੍ਰੈਜ਼ੈਂਟ ਦੀ ਗਲਤੀ ਹੈ, ਕਹਿੰਦਾ ਮੰਨ ਲੈਂਦੇ ਅਸੀਂ ਰਿਪ੍ਰੈਜ਼ੈਂਟ। ਦੈਟਸ ਵਾਈ ਤੁਹਾਨੂੰ ਮੈਂ ਇੱਕ ਚੀਜ਼ ਹੋਰ ਤੁਹਾਨੂੰ ਮੈਂ ਅਹਿਸਾਸ ਕਰਾ ਦਿਆਂ ਕਿ ਹਾਂ ਗਲਤ, ਯੂ ਆਰ ਰਾਈਟ ਕਿ ਸਾਈਨ ਤੇ ਐਪਲੀਕੇਟ ਨੇ ਕੀਤੀ ਹੈ, ਭਾਵੇਂ ਰੈਪਰੈਜ਼ੈਂਟੇਟਿਵ ਕੋਈ ਵੀ ਹੋ, ਰੈਪਰੈਜ਼ੈਂਟੇਟਿਵ ਨੇ ਜੋ ਵੀ ਕੁਝ ਕੀਤਾ ਉਹ ਤੇ ਇੱਕ ਸੈਕੰਡਰੀ ਚੀਜ਼ ਹੈ, ਲੇਕਿਨ ਅਲਟੀਮੇਟਲੀ ਰਿਸਪੋਂਸਿਬਿਲਿਟੀ ਐਪਲੀਕੈਂਟ ਦੀ ਹੈ, ਨੰਬਰ ਵਨ। ਲੇਕਿਨ ਹੁਣ ਐਪਲੀਕੈਂਟ ਨੂੰ ਚਾਹੀਦਾ ਹੈ ਕਿ ਉਹ ਰੈਪਰੈਜ਼ੈਂਟੇਟਿਵ ਦੇ ਖਿਲਾਫ ਮੁਕੱਦਮਾ ਦਾਇਰ ਕਰੇ। ਅਗਰ ਰਿਪ੍ਰੈਜ਼ੈਂਟ ਉਹਨੇ ਉਸ ਅਗਰ ਟਾਈਮ ਲਾਸਟ ਟਾਈਮ। ਅਗਰ ਅਗਰ ਰੈਪਰੈਜ਼ੈਂਟੇਟਿਵ ਨੇ ਜਾਣ ਕੇ ਗਲਤੀ ਕੀਤੀ ਹੈ, ਕਈ ਵਾਰ ਮੈਨੂੰ ਲੋਕੀ ਦੱਸਦੇ ਹੁੰਦੇ ਕਿ ਰੈਪਰੈਜ਼ੈਂਟੇਟਿਵ ਨੇ ਉਹਨਾਂ ਨੂੰ ਐਪਲੀਕੈਂਟ ਨੂੰ ਆਪ ਕਿਹਾ ਕਿ ਵੀ ਆਪਾਂ ਨਹੀਂ ਸ਼ੋਅ ਕਰਨਾ, ਕਿਉਂਕਿ ਰੈਪਰੈਜ਼ੈਂਟੇਟਿਵ ਨੂੰ ਆਪ ਨੌਲੇਜ ਨਹੀਂ ਹੈ ਕਿ ਸ਼ੋਅ ਕਰਨ ਵਾਲੀ ਚੀਜ਼ ਹੈ ਵੀ ਕਿ ਨਹੀਂ ਹੈ। ਉਹ ਸੋਚਦੇ ਕਿ ਸ਼ਾਇਦ ਬੇਫੂ ਬਣਾ ਲਾਂਗੇ, ਆਪਾਂ ਨਹੀਂ ਸ਼ੋਅ ਕਰਨਾ, ਐਂਡ ਦਿਸ ਇਜ਼ ਵਾਟ ਹਾਊ ਇਟ ਗੋਜ਼ ਔਨ, ਕਿਉਂਕਿ ਰੈਪਰੈਜ਼ੈਂਟੇਟਿਵ ਤੇ ਪੈਸੇ ਲੇਕਰ ਪਾਸੇ ਹੋ ਗਿਆ, ਐਪਲੀਕੈਂਟ ਮਰੇਗਾ 5 ਸਾਲ ਲਈ। ਉਸ ਤੋਂ ਬਾਅਦ ਉਹਦੇ ਨਾਲ ਮੇਰੀ ਗੱਲਬਾਤ ਹੋਈ, ਮੁੰਡਾ ਜਦੋਂ ਆਇਆ ਕਹਿੰਦਾ ਮੈਂ ਜਦੋਂ ਫਾਈਲ ਲਾਂਚ ਕਰ ਦਿੱਤੀ ਸੀ ਉਸ ਤੋਂ ਬਾਅਦ ਜਿਹੜਾ ਉੱਥੇ ਦਾ MD ਸੀ ਮੈਂ ਉਹਦੇ ਨਾਲ ਡਿਸਕਸ ਕੀਤੀ, ਸਰ ਮੇਰਾ ਇੱਦਾਂ ਸੀ, ਉਹ ਕਹਿੰਦਾ ਹੁਣ ਤਾਂ ਕੇਸ ਲੱਗ ਗਿਆ, ਹੁਣ ਅਸੀਂ ਕੁਛ ਨਹੀਂ ਕਰ ਸਕਦੇ। ਯਾ ਹੁਣ ਤੁਸੀਂ ਕਰ ਸਕਦੇ ਹੋ, ਕਰ ਸਕਦੇ ਹੋ ਕਿ ਮੁਆਵਜ਼ਾ ਦੇ ਸਕਦੇ ਹੋ, ਮੇਰਾ ਜਿਹੜਾ 5 ਸਾਲ ਦਾ ਜਿਹੜਾ ਮੇਰੀ ਕੀਮਤ ਹੈ ਨਾ ਉਸ ਟਾਈਮ ਦੀ, ਉਹਦਾ ਮੁਆਵਜ਼ਾ ਤੁਸੀਂ ਦੇਣ ਨੂੰ ਤਿਆਰ ਹੋ ਜਾਓ ਬਸ। ਉਹਨਾਂ ਨੂੰ ਮੈਂ ਇਸ 'ਤੇ ਤੁਹਾਡਾ ਰੈਫਰੈਂਸ ਦਿੱਤਾ ਕਿਉਂਕਿ ਮੈਂ ਤੁਹਾਡੀ ਇੰਟਰਵਿਊ ਦੇਖੀ, ਮੈਂ ਉਹਨਾਂ ਨੂੰ ਉਸੇ ਟਾਈਮ ਯੂਟਿਊਬ, ਮੈਂ ਕਿਹਾ ਭਾਜੀ ਤੁਸੀਂ ਖੋਲੋ, ਅਤੇ ਉਹਨਾਂ ਨੂੰ ਮੈਂ ਤੁਹਾਡਾ ਨੰਬਰ ਦਿੱਤਾ ਕਿ ਇਸ ਨੰਬਰ ਨੂੰ ਸਬਸਕ੍ਰਾਈਬ ਕਰੋ, $220 ਇੱਥੇ ਪੇ ਕਰੋ, ਫਿਰ ਤੁਹਾਨੂੰ ਡਿਸਕਸ ਕਰੋ ਤੁਸੀਂ ਸਰ ਦੇ ਨਾਲ ਆਪਣਾ ਕੇਸ ਡਿਸਕਸ ਕਰੋ। ਪਰ ਅੱਜ ਤੱਕ ਮੈਂ ਉਹਨਾਂ, ਕੱਲ੍ਹ ਵੀ ਮੇਰੀ ਗੱਲ ਹੋਈ ਲੜਕੇ ਨਾਲ ਜਿਹੜਾ ਆਇਆ ਬੈਨ ਕੀਤਾ ਸੀ, ਉਹਨੂੰ ਰਿਪਲਾਈ ਨਹੀਂ ਆਇਆ ਕੋਈ, ਕਹਿੰਦਾ ਕਿ ਮੈਂ 15-1 ਮਹੀਨੇ ਬਾਅਦ ਉਹਨਾਂ ਨੂੰ ਮੇਲ ਡਰੋਪ ਕਰੂੰਗਾ। ਮੈਂ ਕਿਹਾ ਮੇਲ ਡਰੋਪ ਕਰਨ ਦਾ ਮਤਲਬ ਕਿ ਜਦੋਂ ਮੇਲ ਡਰੋਪ ਕਰੂੰਗਾ ਵਿਦਿਨ 24 ਆਵਰ ਤੈਨੂੰ ਬੈਕਵਰਡ ਆ ਚੁੱਕਾ, ਯੂ ਆਰ ਰਿਫਿਊਜ਼ਲ ਬੈਨ ਫੋਰ, ਜਦ ਉਹਨੇ ਤੈਨੂੰ ਕਹਿ ਕੇ ਤੋਰਿਆ ਅੰਦਰੋਂ, ਜਦ ਹਾਂ ਕਹਿਤਾ ਉਹ ਸੱਚਾਈ ਆ। ਮੈਂ ਕਿਹਾ ਨਹੀਂ ਨਹੀਂ ਤੂੰ ਆ ਜਿਹੜਾ, ਰਿਹਾ ਹਾਂ ਆ ਜਿਹੜਾ ਮਿਸ ਰਿਪ੍ਰੈਜ਼ੈਂਟੇਸ਼ਨ ਹੈ, ਇਹ ਮਿਸ ਰਿਪ੍ਰੈਜ਼ੈਂਟੇਸ਼ਨ ਰਿਵਰਸ ਨਹੀਂ ਹੋਣਾ, ਕਿਉਂਕਿ ਕਲੀਅਰਲੀ ਗਲਤੀ ਐਪਲੀਕੈਂਟ ਦੀ ਹੈ ਜੀ। ਇਹ ਇਸ ਰਿਪ੍ਰੈਜ਼ੈਂਟੇਸ਼ਨ ਨੂੰ ਮਤਲਬ ਕਿ ਹੁਣ ਇਹ ਕੈਂਸਲ ਹੋਣਾ, ਨੈਗੇਟ ਹੋਣਾ ਬਹੁਤ ਹੀ ਮੁਸ਼ਕਿਲ ਹੈ, ਇੰਪੋਸੀਬਲ ਸਮਝੋ ਤੁਸੀਂ। ਬਾਕੀ ਹਾਂ ਕੁਛ ਮਿਸ ਰਿਪ੍ਰੈਜ਼ੈਂਟੇਸ਼ਨ ਹੁਣ ਤੁਹਾਨੂੰ ਮੈਂ ਇੱਕ ਆਧ ਐਗਜ਼ਾਮਪਲ ਤੁਹਾਨੂੰ ਦੇ ਦਿਆਂ ਜਸਟ ਟੂ ਗੈਟ ਐਨ ਆਈਡੀਆ। ਇੱਕ ਵਾਰ ਮੈਨੂੰ ਕਿਸੇ ਦਾ ਕਾਲ ਆਇਆ, ਉਹਨਾਂ ਨੇ ਮੈਨੂੰ ਦੱਸਿਆ ਕਿ ਵੀ ਲੋਕਲ ਰੈਪਰੈਜੈਂਟੇਟਿਵ ਨੇ ਜਿਹੜੀ ਵੀਜ਼ਾ ਐਪਲੀਕੇਸ਼ਨ ਫੀਸ ਹੈ ਉਹ, ਜਿਹੜੀ ਰਸੀਦ ਹੈ ਉਹ ਕਿਸੇ ਹੋਰ ਦੀ ਕਲਾਇੰਟ ਲਾਤੀ। ਜੀ ਜੀ ਤੁਹਾਡੀਆਂ ਵੀਡੀਓਸ ਦੇਖੀ ਮੈਂ, ਉਹ ਚ ਦੇਖਿਆ ਸੀ ਕਿਸੇ ਹੋਰ ਕਲਾਇੰਟ ਦੀ ਵੀਜ਼ਾ ਦੀ ਐਪਲੀਕੇਸ਼ਨ ਲਾਤੀ, ਤੇ ਕਲੀਅਰਲੀ ਕਿਉਂਕਿ ਉਹ ਪਹਿਲੀ ਐਪਲੀਕੇਸ਼ਨ ਜਿਹੜੀ ਰਸੀਦ ਹੈ ਉਹ ਕਿਸੇ ਹੋਰ ਐਪਲੀਕੇਸ਼ਨ ਵਿੱਚ ਯੂਜ਼ ਹੋ ਚੁੱਕੀ ਹੈ, ਉਹ ਕਿਉਂਕਿ ਸਿਸਟਮ ਵਿੱਚ ਆ ਜਾਂਦਾ ਕਿ ਵੀ ਆਹ ਐਪਲੀਕੇਸ਼ਨ ਨੰਬਰ ਇਸ ਕਲਾਇੰਟ ਨੂੰ ਬਿਲੋਂਗ ਕਰਦੀ ਹੈ। ਹੁਣ ਤੁਸੀਂ ਅਗਰ ਅਗਰ ਚਲਾਕੀਆਂ ਕਰੋਗੇ ਉਸੇ ਚੀਜ਼ ਨੂੰ, ਅਗਲੇ ਜਿਹੜੇ ਫਰੈਸ਼ ਪੈਸੇ ਦੱਬ ਕੇ ਜੀ ਪੁਰਾਣੀ ਰਸੀਦ ਨੂੰ ਤੁਸੀਂ ਉੱਥੇ ਲਾ ਕੇ ਕਰੋਗੇ, ਤੇ ਡੈਫੀਨੇਟਲੀ ਦੇ ਵਿਲ ਕਮ ਟੂ ਨੋ, ਇਹ ਤੁਸੀਂ ਭੁੱਲ ਜਾਓ ਕਿ ਉਹਨਾਂ ਨੂੰ ਪਤਾ ਹੀ ਚੱਲੇਗਾ, ਪਤਾ ਲੱਗ ਜਾਏਗਾ। ਤੇ ਪਤਾ ਕਰਕੇ ਅਗਰ ਜੇ ਮਿਸ ਰਿਪ੍ਰੈਜ਼ੈਂਟੇਸ਼ਨ ਚਾਰਜ ਕਰਦੇ ਹਾਂ, ਉਹਦਾ ਇੱਕ ਬਚਾਅ ਆਪਾਂ ਕਰ ਸਕਦੇ ਹਾਂ ਵਿਦ ਇਨ ਟਾਈਮ। ਤੁਹਾਨੂੰ ਉਹ 10 ਦਿਨ ਦਿੰਦੇ ਆ, ਕਈ ਵਾਰ 2 ਹਫ਼ਤੇ ਦਿੰਦੇ ਆ, ਉਸ ਟਾਈਮ ਵਿੱਚ ਅਗਰ ਕੋਈ ਐਪਲੀਕੈਂਟ ਕੰਟੈਕਟ ਕਰ ਲਏ, ਅਗਰ ਸਾਨੂੰ ਕੰਟੈਕਟ ਕਰ ਲਏਗਾ, ਤੇ ਆਪਾਂ ਕੋਸ਼ਿਸ਼ ਕਰਕੇ ਉਹਨੂੰ ਬਚਾ ਸਕਦੇ ਹਾਂ। ਕੁਛ ਕੇਸਿਸ ਹੈ, ਆਈ ਗਿਵ ਯੂ ਵਨ ਐਗਜ਼ਾਮਪਲ, ਕੁਛ ਹੋਰ ਕੇਸਿਸ ਵੀ ਹੈ। ਲੇਕਿਨ ਆਹ ਜਿਹੜਾ ਤੁਸੀਂ ਐਗਜ਼ਾਮਪਲ ਦਿੱਤਾ, ਜਿਹੜਾ ਪਾਸਪੋਰਟ ਜਿਹੜਾ ਗੁਆਚ ਗਿਆ, ਮੈਂ ਕਦੇ ਟਰੈਵਲ ਨਹੀਂ ਕੀਤਾ, ਇਹ ਤੇ ਸਰਾਸਰ ਮਤਲਬ ਧੋਖਾ ਹੈ, ਇਹਦੇ ਵਿੱਚ ਕੋਈ ਕੁਛ ਨਹੀਂ ਕਰ ਸਕਦਾ। ਸਰ ਫਿਰ ਉਹਨਾਂ ਨੇ ਉਹਨੂੰ ਮਤਲਬ ਕਿਹਾ ਕਿ ਤੂੰ ਬਾਹਰ ਚੱਲ ਜਾ, ਕਿ ਤੂੰ ਮਤਲਬ ਕਿ ਕਹਿੰਦਾ ਕਿ ਤੂੰ ਸਾਡੇ, ਕਹਿੰਦਾ ਤੂੰ ਹਾਈ ਕਮਿਸ਼ਨ ਦੇ ਜਿਹੜੇ ਰੂਲ ਫੋਲੋ ਕਦੇ ਨਹੀਂ ਕਰ ਸਕਦਾ, ਕਹਿੰਦਾ ਤੂੰ ਬੰਦਾ ਹੈ ਨਹੀਂ ਕਰਕੇ ਤੈਨੂੰ ਐਂਟਰੀ ਦਈਏ ਕਿਸੇ ਜਗ੍ਹਾ, ਕਹਿੰਦਾ ਤੂੰ ਹਾਈ ਕਮਿਸ਼ਨ ਦੇ ਤੈਂ ਰੂਲ ਨਹੀਂ ਫੋਲੋ ਕੀਤੇ, ਤੂੰ ਪੜਿਆ ਨਹੀਂ, ਰੀਡ ਨਹੀਂ ਕੀਤਾ। ਕਹਿੰਦਾ ਮੈਂ ਦੱਸਿਆ ਨਹੀਂ ਸਰ, ਪੜਿਆ ਨਹੀਂ, ਮਤਲਬ ਨਰਵਸ ਹੋ ਗਿਆ ਲੜਕਾ, ਫਿਰ ਬਾਹਰ ਆਇਆ ਵੇਪਿੰਗ ਕਰਦਾ ਸੀ, ਕਹਿੰਦਾ ਇੱਦਾਂ ਮੈਨੂੰ ਕਿਹਾ, ਫਿਰ ਅਸੀਂ ਉਹਨੂੰ ਨਾਲ ਲੈ ਕੇ ਇੱਥੇ ਮਤਲਬ ਤੁਰ ਜਲੰਧਰ ਤੱਕ ਅਸੀਂ ਟਰੈਵਲ ਇਕੱਠੇ ਅਰੇਂਜ ਕੀਤਾ, ਫਿਰ ਉਹਨੂੰ ਮੈਂ ਤੁਹਾਡਾ ਦੱਸਿਆ ਵੀਡੀਓ ਵਗੈਰਾ, ਮੈਂ ਉਹਨਾਂ ਨੂੰ ਫਿਰ ਤੁਹਾਡੇ ਨਾਲ ਟਾਈ ਅਪ ਮੇ ਵੀ ਹੋਊਗਾ ਉਹਦਾ, ਕਹਿੰਦਾ ਕਿ ਮੈਨੂੰ ਰਿਪਲਾਈ ਆਉਣ ਤੋਂ ਬਾਅਦ ਮੈਂ ਕਰੂੰਗਾ ਟਾਈ ਅਪ ਤੁਹਾਡੇ ਦੇ ਨਾਲ। ਨਾਮ ਕੀ ਹੈ, ਨਾਮ ਕੀ ਉਹਦਾ ਪੁੱਤਰ? ਉਹਦਾ ਨਾਮ ਅਨੁਭਵ ਜੀ। ਅਨੁਭਵ ਨਹੀਂ, ਮੇਰੇ ਕੋਈ ਆਇਆ ਨਹੀਂ ਸ਼ਾਇਦ। ਸੋ ਹੱਲੇ ਨਹੀਂ ਆਇਆ, ਰਿਪਲਾਈ ਕੀ ਹੈ, ਰਿਪਲਾਈ ਤੇ ਸਮਝੋ ਸਮਝੋ, ਰਿਪਲਾਈ ਰਿਪਲਾਈ ਹੈ, ਰਿਪਲਾਈ ਦੇ ਕਦੇ ਵੇਟ ਕਰ ਰਿਹਾ, ਉਹ ਤੇ ਹੈ ਹੀ, ਆਲਰੇਡੀ ਹੋ ਹੀ ਚੁੱਕਿਆ ਉਹ ਤੇ। ਤੇ ਉਹਨਾਂ ਨੇ ਆਪਣੇ ਲਾਇਰ ਨੂੰ, ਜਿਹੜਾ ਸਾਡਾ ਲਾਇਰ ਸੀ, ਉਹਨੂੰ ਪੁੱਛਿਆ ਕਿ ਸਰ ਰਿਪਲਾਈ ਨਹੀਂ ਆਇਆ, ਕਿ ਕਹਿੰਦਾ ਕਿ ਕੋਈ ਗੱਲ ਨਹੀਂ ਵੇਟ ਕਰੋ ਕਿ ਤੇਰਾ ਪੋਜ਼ਿਟਿਵ ਹੀ ਹੋਊਗਾ ਜੇ ਉਹ। ਫਿਰ ਇੱਕ ਹੋਰ ਲੜਕੇ ਦੀ ਇੰਟਰਵਿਊ ਸੀ ਚਾਰ ਦਿਨ ਪਹਿਲਾਂ, ਉਹਦੇ ਉੱਥੇ ਕੋਈ ਲਾਅ ਕੋਈ ਲਾਇਰ ਹੈ, ਕੋਈ ਇੰਡੀਆ ਦਾ ਕੋਈ ਏਜੰਟ ਹੈ ਕੋਈ? ਇੰਡੀਆ ਦਾ ਏਜੰਟ ਹੀ ਹੈ ਸਰ, ਉਹਦਾ ਇੱਧਰ ਵੀ ਦਫ਼ਤਰ, ਪਰ ਮੈਂ ਉਹ ਪ੍ਰੈਫਰ ਨਹੀਂ ਕਰਦਾ। ਚਲੋ ਦੈਟਸ ਓਕੇ। ਸੋ ਹੁਣ ਤੁਹਾਡਾ ਮਿਸਗਾਈਡ ਕੀਤਾ ਮੈਂ, ਤੁਹਾਡੀਆਂ ਵੀਡੀਓ ਦੇਖ ਕੇ ਸਟੈਪ ਬਾਈ ਸਟੈਪ ਟਰੈਕ ਤੇ ਆਪਾਂ ਪਹੁੰਚੇ, ਆਪਾਂ ਸੱਚਾਈ ਆ ਥੈਂਕ ਯੂ ਉਹਦੇ ਸਾਹਮਣੇ ਵੀ ਦੱਸ ਸਕਦੇ ਆ, ਨਾ ਕੋਈ ਕਾਲ ਅਟੈਂਡ ਕਰਦੇ ਕਰੋਗੇ। ਹਾਂ ਆਵਾਜ਼ ਕੱਟ ਰਹੀ।
10 दिन हो गए मेरा मेडिकल होए नू, हले तक कोई अपडेट नहीं आया। हाँ आएगा मैं आएगा, जिथे डस ओके मेडिकल कराया उन्होंने हाँ फोन करी आएगा, गल की तुस थी, वेट जिथे करता हो, वेट एसपीएस करता मेडिकल सर एक एक पूछना सी क्वेश्चन पता करना चाहुंदा कि मेरे जेडे फंड शो किए सी तो मेरे वाइफ नू फीस दी लोड पै गई सी, मैं अपने खाते चो ज्वाइंट चो फीस ट्रांसफर कर देती, उहदा कोई चक्कर तां नहीं जी? नहीं कोई चक्कर नहीं, कर दो, अगर जो करना है तो कर दो फोन, कोई चक्कर नहीं, कोई प्रॉब्लम, नहीं अपनी मैं वाइफ कर नहीं, दिते वाइफ नहीं कर उन्होंने रहा मतलब, और तो किसे भेज नहीं रहा। नहीं नहीं वाइफ नू कीते उहदे को मेरे को स्लिप आ हाई कमीशन कल पॉइंट भी नोट करदा ते मैं शो कर सकदा, फिर उहदे विच उन्ने फंड मैं दुबारा पा दित्ते, दैट्स फाइन लो, दैट्स ओके उस तो या ज्यादा पा दित्ते क्योंकि मेरा ओ ओला अच्छा, बिजनेस है। किन्ने किन्ने फंड शो कीते, मैं पूछ सकता किन्ने फंड शो कीते पूरे बैंक बैलेंस? सर फंड तो मेरे की दसा तुहानू मतलब असी दे मतलब फट तोड़ के चलो चलो रहन एक दो, रहन दो, लाख दैट्स ओके, रुपया चलो रहन दो, पर्सनल पर्सनल गल दस नहीं बोलो, दैट्स ओके। सो आई कंग्रेचुलेट यू, तो आ जाएगा वीजा कोई नहीं, अगर जे सर हफ्ते तक किन्ना नहीं टाइम आंदा होर तो लगूगा तुसी उहनां क्योंकि नूं असी फंड जेहड़े है ना साडे इंटरस्ट ते मतलब लेते आ, असी सानू इंटरस्ट जदों 10 तरीक आ जांदी तां सानू चक्कर घेरा पै जांदा कि 10 तरीक आ गई है, तां रिक्वेस्ट करदा कि मैनूं इह दस दो कि किन्ना टाइम होर लगेगा, तुहाडा अच्छा अच्छा एक्सपीरियंस अच्छा दसो कि किन्ना 10 दिन हो गए मेरे मेडिकल होए नूं। तुसी इस तरह करना, इस तरह करना, ये फाइल तुहाडी किसे रिप्रेजेंटेटिव लगी लगी ना, कोई लॉयर है कौन, किने लाई फाइल तुहाडी? एजेंट है सर अच्छा मतलब एजेंट ऑथराइज ने, आईसीसी आरसी कंसल्टेंट है, लॉयर जी है? जी 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 अच्छा उन्हां नूं तुसी उन्हां नूं कहना हफ्ते बाद एक ऑफिशियल ऑफिशियल अपनी एक जिहड़ा वेब फॉर्म होंदा ना, वेब फॉर्म तो इंक्वायरी भेजोगे न्यू दिल्ली हाई कमीशन नूं, ते उत्थों नोटिफिकेशन आ जाएगा कि भी की व्हाट इज द स्टेटस। ठीक है, हल्ले वेट कर लीजिए सर। हाँ एक हफ्ते बाद, मैं कहना एक हफ्ते बाद, 15 इधर मैक्सिमम टाइम कितना होता सर? तो जी मैक्सिमम टाइम इन्हें दी कोई मियाद नहीं है, इट कुड टेक्स आई डोंट नो के कितना टाइम लेता है, नॉर्मली मेडिकल के बाद मतलब 10 दिन तक कर देना चाहिए, कि हो सकता है कि छुट्टी छट्टी चल रही है, क्योंकि दिसंबर 15 के बाद हो सकता है फिर लोगों ने छुट्टियां जाना शुरू कर देना, तो जो कुछ होएगा दिसंबर 10 तारीख के पहले पहले आ जाना चाहिए नोटिफिकेशन। ਸਾਡਾ ਵੀ ਇਹ ਸੀਗਾ ਕਿ ਚਲੋ ਅਸੀਂ ਵੀ ਮਤਲਬ ਕਿ ਕ੍ਰਿਸਮਸ ਜਿਹੜੀ ਕੈਨੇਡਾ ਜਾ ਕੇ ਦੇਖੀਏ, ਪਰ ਜੇ ਸਾਹ ਨਾ ਪੈਸਾ ਚੱਲ ਰਿਹਾ ਮੇ मैं तो लोगों को बधाइया देना एक्चुअली, जिन्हें जिन्हें के वीजे लग रहे हैं कि तुम वधिया टाइम से आ रहे हो, तुम भी क्रिसमस की इतने रंगीने देखोगे की हो रहा है क्रिसमस के टाइम, क्योंकि इस साल का बहुत ही एक मेजर फेस्टिवल है पूरे नॉर्थ अमेरिका ਸਰ ਪਤਾ ਕਰਨਾ ਸੀ ਫਾਦਰ ਮਦਰ ਦਾ ਕੀ ਸਾਡੇ ਮਤਲਬ ਅਸੀਂ ਕਦੋਂ ਉਹਨਾਂ ਨੂੰ ਕਰ ਸਕਦੇ ਹਾਂ ਅਪਲਾਈ? ਉਹ ਪਹਿਲਾਂ ਤੁਸੀਂ ਆਪਣਾ ਵੀਜ਼ਾ ਲੈ ਕੇ ਪਹੁੰਚੋ ਸਹੀ, ਫਾਦਰ ਦਾ ਠਹਿਰੇ ਉਹ ਕਰ ਲਓ ਸਰ ਜਾ ਕੇ, ਤੁਸੀਂ ਵੀ ਤੁਹਾਡੀ ਜਾ ਕੇ ਬਸ ਉਧਰ ਤੁਹਾਡੀਆਂ ਸੈਟਲ ਹੋ ਵੀਡੀਓ ਜਾਓ ਜਾਂ ਦੇਖ ਕੇ ਕਰ ਅਸੀਂ, ਦੀਜੀਏ ਬਾਤ। ਤੁਹਾਡੀਆਂ ਵੀਡੀਓ ਦੇਖ ਦੇਖ ਕੇ ਅਸੀਂ ਉਹਨਾਂ ਨੂੰ ਭੇਜ ਦੇਣਾ। ਔਰ ਕੋਈ ਗੱਲ ਨਹੀਂ, ਥੈਂਕ ਯੂ, ਤੁਸੀਂ ਪਹਿਲਾਂ ਸੈਟਲ ਹੋ ਜਾਓ, ਕਿੱਥੇ ਜਾ ਰਹੋ, ਜਾਓਗੇ ਵੈਨਕੂਵਰ ਟੋਰਾਂਟੋ, ਕਿੱਧਰ ਹੋ, ਕਿੱਧਰ? ਵੈਨਕੂਵਰ ਸਰ, ਵੈਨਕੂਵਰ ਅੱਛਾ ਰਿਚਮੰਡ, ਵੈਨਕੂਵਰ, ਵੈਨਕੂਵਰ ਰਿਚਮੰਡ ਸਰ ਜਾਓ ਮਿਲ ਪਹਿਲਾਂ ਕੇ ਇੱਕ ਆਧ ਆਵਾਂਗੇ, ਮਹੀਨਾ ਅਸੀਂ ਇੰਜੋਏ ਜ਼ਰੂਰ ਕਰੋ। ਲੈ ਕੇ ਜਾਵਾਂਗੇ ਲੱਟੂਆਂ ਦਾ। ਅੱਛਾ, ਚਲੋ ਵੈਨਕੂਵਰ ਤੁਸੀਂ ਆਓਗੇ ਜ਼ਰੂਰ ਮੈਨੂੰ ਫੋਨ ਕਰਨਾ, ਮੈਂ ਵੀ ਵੈਨਕੂਵਰ ਦਾ ਮੈਂ ਇੱਕ ਟ੍ਰਿਪ ਪਲਾਨ ਕਰ ਰਿਹਾ ਹੈਲੋ ਦਿਸੰਬਰ 15 ਜਾਂ ਯੂ ਨੋ ਮੇ ਬੀ ਅਰਾਊਂਡ ਮਿਡਲ ਆਫ ਟਾਈਮ, ਕਿਉਂਕਿ ਮੈਂ ਰਹਿੰਦਾ ਐਲਬਰਟਾ। ਹੈਲੋ ਆਵਾਜ਼ ਤੁਹਾਡੀ ਕੱਟ ਰਹੀ ਹੈ ਸ਼ਾਇਦ, ਹੈ ਆਵਾਜ਼ ਮੇਰੇ ਖਿਆਲ ਕਨੈਕਸ਼ਨ ਵੀਕ ਹੋ ਰਿਹਾ ਸ਼ਾਇਦ, ਆਈ ਐਮ ਸੋਰੀ, ਆਈ ਥਿੰਕ ਵੀ ਹੈਵ ਟੂ ਡਿਸਕਨੈਕਟ, ਆਵਾਜ਼ ਤੁਹਾਡੀ ਸਰ ਕੱਟ ਰਹੀ ਅਸੀਂ ਹੈ ਸ਼ਾਇਦ, ਸੁਖਮਨ ਸਾਹਿਬ ਨਾਲ ਕਨੈਕਟ ਜਿੱਦਾਂ ਕੱਟ ਰਿਹਾ ਸ਼ਾਇਦ। ਕੰਟੈਕਟ ਕਰਨਾ ਚਾਹੁੰਦੇ ਹਾਂ ਤੇ ਅਸੀਂ ਉਹਨਾਂ ਨੂੰ ਡੱਬਾ ਦੇ ਕੇ ਆਉਣਾ ਸੀ ਲੱਡੂਆਂ ਦਾ, ਦੇਣੇ ਲੱਡੂ ਹੀ ਆ। ਅੱਛਾ ਠੀਕ ਹੈ, ਹੁਣ ਠੀਕ ਹੈ, ਹੁਣ ਠੀਕ ਹੈ, ਵਿੱਚ ਵਿੱਚ ਕੱਟ ਜਾਂਦੀ ਹੈ, ਦੈਟਸ ਓਕੇ। ਹਾਂਜੀ ਸੋ ਕੋਈ ਗੱਲ ਨਹੀਂ, ਅਸੀਂ ਜਦ ਤੁਸੀਂ ਸੁਖਮਨ ਵੈਨਕੂਵਰ ਸਰ ਨੂੰ ਪਹੁੰਚੋਗੇ ਮਿਲ ਤਾਂ ਕੇ ਮੈਨੂੰ ਆਉਣਾ ਜੀ। ਫੋਨ ਕਰਿਓ ਫਿਰ ਉੱਥੋਂ, ਠੀਕ ਹੈ ਸਰ, ਫਿਰ ਤੁਹਾਨੂੰ ਮਤਲਬ ਏਅਰਪੋਰਟ ਦੀ ਤੁਹਾਨੂੰ ਵੀਡੀਓ ਪੂਰੀ ਬਣਾ ਕੇ ਜ਼ਰੂਰ ਥੈਂਕ ਯੂ, ਕਰਾਂਗੇ ਥੈਂਕ ਯੂ, ਸ਼ੇਅਰ। ਥੈਂਕ ਯੂ, ਥੈਂਕ ਯੂ, ਥੈਂਕ ਯੂ। ਆਵਾਜ਼ ਵਿੱਚ ਵਿੱਚ ਨਾ ਇੰਟਰਨੈਟ ਕਨੈਕਸ਼ਨ ਕੱਟ ਰਿਹਾ, ਥੈਂਕ ਯੂ, ਆਈਲ ਟਾਕ ਟੂ ਯੂ ਲੇਟਰ ਬ੍ਰਦਰ, ਠੀਕ ਹੈ, ਹਾਂਜੀ ਥੈਂਕ ਯੂ, ਓਕੇ ਸਰ, ਥੈਂਕ ਯੂ ਥੈਂਕ ਯੂ। ਸਰ।